ਪੂਰੀ ਦੁਨੀਆ ਵਿੱਚ ਜਸ ਪੰਜਾਬੀ ਦੇਖਣ ਵਾਲੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਅੱਜ ਮੈਂ ਮੋਡੈਸਟੋ ਸੀਰੀਜ਼ ਕੈਲੀਫੋਰਨੀਆ ਦੇ ਵਿੱਚ, ਇੱਥੇ ਵੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਤਲਣ ਦੇ ਸ਼ਹੀਦਾਂ ਦੇ ਗੁਰਦੁਆਰੇ ਨੂੰ, ਬਾਬਾ ਹਰਨਾਮ ਸਿੰਘ ਜੀ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨੂੰ ਸਮਰਪਿਤ ਜੋੜ ਮੇਲਾ ਜਿਹੜਾ ਇੱਥੇ ਕਰਵਾਇਆ ਜਾ ਰਿਹਾ। ਇਹ ਜੋੜ ਮੇਲਾ ਤਲਣ ਪਿੰਡ ਦੀ ਸਾਰੀ ਸੰਗਤ ਵੱਲੋਂ ਅਤੇ ਸਮੂਹ ਸਾਧ ਸੰਗਤ ਮੋਡੈਸਟੋ ਸੀਰੀਜ਼ ਇਹਨਾਂ ਵੱਲੋਂ ਇੱਥੇ ਅੱਜ ਕਰਵਾਇਆ ਜਾ ਰਿਹਾ। ਇੱਥੇ ਖਾਸ ਜ਼ਿਕਰ ਕਰਨਾ ਬਣਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਲਗਭਗ 12, 13, 14, 15, 16 ਜੂਨ ਦੀ ਅਗਰ ਗੱਲ ਕਰੀਏ ਤਾਂ ਜੋ ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਤਲਣ ਵਿਖੇ ਹੈਗਾ, ਉੱਥੇ ਵੀ ਇਨ੍ਹੀਂ ਦਿਨੀ ਹੀ ਜੋੜ ਮੇਲੇ ਕਰਵਾਏ ਜਾਂਦੇ ਨੇ, ਸ਼ਹੀਦੀ ਸਮਾਗਮ ਕਰਵਾਏ ਜਾਂਦੇ ਨੇ। ਅਗਰ ਗੱਲ ਕਰੀਏ ਤਲਣ ਵਾਲੇ ਗੁਰਦੁਆਰਾ ਸਾਹਿਬ ਦੀ ਤਾਂ ਉਹਦੀ ਬਹੁਤ ਮਾਨਤਾ ਹੈ, ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਜਾਣਦੇ ਨੇ। ਇੱਕ ਵੱਖਰੀ ਕਿਸਮ ਦੀ ਉੱਥੇ ਧਾਰਮਿਕ ਸ਼ਰਧਾ ਪਾਈ ਜਾਂਦੀ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਤਲਣ ਗੁਰਦੁਆਰਾ ਸਾਹਿਬ ਸ਼ਹੀਦਾਂ ਦੇ ਗੁਰਦੁਆਰੇ ਜੇ ਕੋਈ ਸ਼ਰਧਾ ਦੇ ਨਾਲ ਦਿਲੋਂ ਕੋਈ ਸੁੱਖ ਸੁੱਖਦਾ ਤਾਂ ਉਹ ਸੁੱਖ ਜ਼ਰੂਰ ਪੂਰੀ ਹੁੰਦੀ ਹੈ। ਦੂਜੀ ਸਭ ਤੋਂ ਵੱਡੀ ਗੱਲ ਇਸ ਗੁਰੂ ਘਰ ਦੀ ਅਗਰ ਗੱਲ ਕਰੀਏ ਤਲਣ ਵਾਲੇ ਦੀ ਤਾਂ ਇਸ ਗੁਰੂ ਘਰ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਇਉਂ ਕਹਿ ਸਕਦੇ ਕਿ ਇਤਿਹਾਸਕ ਗੱਲ ਹੈਗੀ ਆ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੁੱਖ ਸੁੱਖ ਦਾ ਬਾਹਰ ਆਉਣ ਦੀ ਖਾਸ ਤੌਰ 'ਤੇ ਤਾਂ ਉਹਦੀ ਸੁੱਖ ਵੀ ਪੂਰੀ ਹੁੰਦੀ ਹੈ। ਗੱਲ ਸ਼ਰਧਾ ਅਤੇ ਵਿਸ਼ਵਾਸ ਦੀ ਹੈ। ਸ਼ਰਧਾ ਦੇ ਨਾਲ ਜੋ ਵੀ ਇਸ ਗੁਰੂ ਘਰ ਵਿੱਚ ਜਾਂਦਾ ਖਾਸ ਤੌਰ 'ਤੇ ਵਿਦੇਸ਼ਾਂ ਵਿੱਚ ਆਉਣ ਦੇ ਚਾਹਵਾਨ ਜਿਹੜੇ ਸਾਡੇ ਪੰਜਾਬੀ ਨੇ ਤਾਂ ਉਹਨਾਂ ਦੀ ਸੁੱਖ ਪੂਰੀ ਹੁੰਦੀ ਹੈ ਅਤੇ ਸੁੱਖ ਪੂਰੀ ਹੋਣ ਤੋਂ ਬਾਅਦ ਇਸ ਗੁਰੂ ਘਰ ਤਲਣ ਸਾਹਿਬ ਵਿਖੇ ਜਹਾਜ਼, ਖਿਲੌਣਾ ਜਹਾਜ਼ ਜੋ ਹਵਾਈ ਜਹਾਜ਼ ਉਹ ਚੜ੍ਹਾਇਆ ਜਾਂਦਾ, ਉਹ ਸੁੱਖਿਆ ਜਾਂਦਾ। ਇਹਦੇ ਪਿੱਛੇ ਕੀ ਇਤਿਹਾਸ ਹੈ ਕੀ ਨਹੀਂ ਹੈ ਉਹ ਕੋਸ਼ਿਸ਼ ਜ਼ਰੂਰ ਕਰਾਂਗੇ ਅੱਜ ਇੱਥੇ ਪ੍ਰਬੰਧਕਾਂ ਕੋਲੋਂ ਜਾਣਨ ਦੀ। ਅਤੇ ਅੱਜ ਇੱਥੇ ਮੋਡੈਸਟੋ ਦੇ ਵਿੱਚ ਵੀ ਸ਼ਹੀਦ ਬਾਬਾ ਹਰਨਾਮ ਸਿੰਘ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਨਾਲ ਦੀ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜੋੜ ਮੇਲਾ ਪਰਸੋਂ ਤੋਂ ਇੱਥੇ ਅਖੰਡ ਪਾਠ ਸਾਹਿਬ ਰੱਖੇ ਗਏ ਨੇ। ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਬੁੱਧਵਾਰ ਤੋਂ ਰੋਜ਼ ਸ਼ਾਮ ਨੂੰ ਸ਼ਾਮ ਦੇ ਦੀਵਾਨ ਲੱਗਦੇ ਸੀਗੇ ਅਤੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਆ ਉਹ ਪਾਏ ਜਾਣਗੇ। ਭੋਗ ਉਪਰੰਤ ਕੀਰਤਨੀ ਜਥੇ ਜਿਹੜੇ ਇੱਥੇ ਹੈਗੇ ਨੇ, ਕਵਿਸ਼ਰੀ ਜਥੇ ਨੇ, ਪ੍ਰਚਾਰਕ ਨੇ, ਕਥਾਵਾਚਕ ਨੇ, ਉਹ ਆਪਣੇ ਪ੍ਰਵਚਨਾਂ ਦੇ ਨਾਲ ਆਪਣੀ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਅਤੇ ਬਾਕੀ ਅਗਰ ਮੈਂ ਗੱਲ ਕਰਾਂ ਇਸ ਮੋਡੈਸਟੋ ਦੇ ਗੁਰੂ ਘਰ ਦੀ, ਇਸ ਗੁਰੂ ਘਰ ਦੇ ਵਿੱਚ ਵੀ ਜਦੋਂ ਸ਼ੁਰੂ ਹੋਇਆ ਤਾਂ ਲਗਭਗ ਬਹੁਤ ਥੋੜ੍ਹੀ ਸੰਗਤ ਆਉਂਦੀ ਸੀ, ਅੱਜ ਇਸ ਗੁਰੂ ਘਰ ਦੇ ਵਿੱਚ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ। ਸੋ ਅੱਜ ਅਸੀਂ ਤੁਹਾਨੂੰ ਜਿਹੜਾ ਇਹ ਪ੍ਰੋਗਰਾਮ ਦਿਖਾਉਣਾ ਹੈ ਇਹ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਸ ਜੋੜ ਮੇਲੇ ਵਿੱਚ, ਜੋ ਕਿ ਤਲਣ ਪਿੰਡ ਦੀ ਸਾਰੀ ਸੰਗਤ ਵੱਲੋਂ ਅਤੇ ਨਾਲ ਦੀ ਨਾਲ ਇੱਥੇ ਮੋਡੈਸਟੋ ਸੀਰੀਜ਼ ਦੀ ਸਾਰੀ ਸੰਗਤ ਵੱਲੋਂ ਜੋੜ ਮੇਲਾ ਮਨਾਇਆ ਜਾ ਰਿਹਾ। ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਜੋੜ ਮੇਲੇ ਦੀਆਂ ਹੋਰ ਤਸਵੀਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਅੱਜ ਦਾ ਜੋ ਪ੍ਰੋਗਰਾਮ ਹੈ ਕਾਫੀ ਬੁਲਾਰਿਆ ਹੋਇਆ, ਮੈਂ ਇੰਨਾ ਸਮਾਂ ਨਹੀਂ ਲੈਂਦਾ ਹੈਗਾ। ਇਹ ਜੋ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਮਿੱਠੀ ਯਾਦ ਵਿੱਚ ਤਲਣ ਦੀਆਂ ਸੰਗਤਾਂ, ਤਲਣ ਦੇ ਪਿੰਡ ਵਾਲੀ ਸੰਗਤਾਂ ਹਰੇਕ ਸਾਲ ਦੀ ਤਰ੍ਹਾਂ
ਪ੍ਰੋਗਰਾਮ ਮਨਾਉਂਦੇ ਹਨ। ਅਤੇ ਅੱਜ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਗੁਰੂ ਘਰ ਦੇ ਵਜ਼ੀਰ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ 20 ਮਿੰਟ ਲਈ ਸੰਗਤਾਂ ਨੂੰ ਨਿਹਾਲ ਕਰਨਗੇ। ਉਸ ਤੋਂ ਉਪਰੰਤ ਪਰਮਜੀਤ ਸਿੰਘ ਜੀ ਉੱਤਰਾਖੰਡ ਵਾਲੇ, ਉਹ 1 ਘੰਟਾ ਕਥਾ ਦੇ ਨਾਲ ਆਪ 'ਚ ਵਿਚਾਰ ਸਾਂਝੇ ਕਰਨਗੇ। ਜਦ ਤੱਕ ਆਪਣੇ ਗੁਰੂ ਘਰ ਦੇ ਵਜ਼ੀਰ ਸਟੇਜ 'ਤੇ ਆਉਂਦੇ ਹੈ, 2 ਕੁ ਬਚਨ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਸੰਗਤਾਂ ਨਾਲ ਥੋੜ੍ਹੀ ਮਾਫ਼ੀ ਦਾ ਜਾਚਕ ਹੈ ਕਿ ਜਿਹੜੀਆਂ ਪ੍ਰੋਜੈਕਟ ਸੀਗੀਆਂ ਥੋੜ੍ਹਾ ਡਿਲੇ ਹੋ ਗਿਆ ਸੀਗਾ। ਉਹਦੇ ਵਿੱਚ ਇੱਕ ਤਾਂ ਆਪਾਂ ਫਾਇਰ ਇੰਸਪੈਕਸ਼ਨ ਕਰਾਇਆ ਸੀਗਾ ਸਾਰੇ ਗੁਰਦੁਆਰੇ ਗੁਰੂ ਘਰ ਦਾ, ਅਤੇ ਉੱਥੇ ਫਾਇਰ ਇੰਸਪੈਕਸ਼ਨ ਨੇ 25 ਪੁਆਇੰਟਾਂ ਦਾ ਸਾਨੂੰ ਠੀਕ ਕਰਨ ਨੂੰ ਕਿਹਾ ਸੀਗਾ ਕਿ ਉਹ ਠੀਕ ਕਰਕੇ ਦਿਓ। ਬਾਕੀ ਉਹ ਸਾਰਾ ਚੱਲਦਾ ਪਿਆ ਕੰਮ। ਬਾਕੀ ਤੁਹਾਨੂੰ ਸੰਗਤਾਂ ਨੂੰ ਪਤਾ ਹੀ ਹੈ ਵੀ ਜੂਨ 30 ਨੂੰ ਆਪਣੀ ਜੋ ਕੁਆਰਟਰਲੀ ਮੀਟਿੰਗ ਹੈ ਐਨੂਅਲ, ਉਹ 1 ਵਜੇ ਤੋਂ ਲੈ ਕੇ 5 ਵਜੇ ਤੱਕ ਹੋਊਗੀ, ਜਿਹਦੇ ਵਿੱਚ 2 ਵਜੇ ਤੋਂ ਲੈ ਕੇ 5 ਵਜੇ ਤੱਕ ਐਡਵਾਈਜ਼ਰੀ ਕਮੇਟੀ ਦੀ ਇਲੈਕਸ਼ਨ ਹੋਊਗੀ, ਅਤੇ 1 ਵਜੇ ਤੋਂ 2 ਵਜੇ ਜੋ ਕੁਆਰਟਰਲੀ ਮੀਟਿੰਗ ਹੈ, ਜੋ ਵੀ ਆਪ ਸਾਰੇ ਸੰਗਤਾਂ ਜਾਣਦੇ ਤੁਸੀਂ ਪਹੁੰਚ ਸਕਦੇ ਹੈ, ਆਪਣੇ ਵਿਚਾਰ ਸਾਂਝੇ ਕਰੋ। ਸਾਡੀ ਨਵੀਂ ਕਮੇਟੀ ਹੈ, ਤੁਹਾਨੂੰ ਪਤਾ ਵੀ ਤੁਹਾਡੀ ਲੋੜ ਹੈ ਸੰਗਤਾਂ ਦੀ, ਤੁਹਾਡੇ ਵਿਚਾਰਾਂ ਦੀ ਲੋੜ ਹੈ ਵੀ ਸਾਨੂੰ ਦੱਸੋ ਵੀ ਅਸੀਂ ਹੋਰ ਵੀ ਕੀ ਠੀਕ ਕਰ ਸਕਦੇ ਹਾਂ, ਗੁਰੂ ਘਰ ਨੂੰ ਹੋਰ ਵੀ ਅੱਗੇ ਵਧਾਉਣ ਨੂੰ। ਸਾਰੇ ਨਾਲ ਸਾਂਝੇ ਕਰੋ ਵਿਚਾਰ, ਉਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ ਜਿੰਨੀਆਂ ਵੀ ਸੰਗਤਾਂ ਪਹੁੰਚ ਸਕਦੀਆਂ। ਅਤੇ ਜੋ ਅਗਲੇ ਪ੍ਰੋਗਰਾਮ ਹੈ ਮੈਂ ਤੁਹਾਨੂੰ ਅੱਗੇ ਤੁਹਾਨੂੰ ਦੱਸੂਗਾ, ਪਰ ਆਪਣੇ ਕੋਲ ਉੱਤਰਾਖੰਡ ਵਾਲੇ ਕਥਾਵਾਚਕ ਵੀ ਆਏ ਹੋਏ ਹਨ, ਆਪਣੇ ਕੋਲ ਸਰਵਨ ਸਿੰਘ, ਹਰਦੀਪ ਸਿੰਘ ਚੀਮਾ ਕਵੀਸ਼ਰੀ ਵੀ ਆਏ ਹੋਏ ਹੈ ਜਿਨ੍ਹਾਂ ਨੇ ਟਾਈਮ ਲੈਣਾ। ਸੋ ਆਪਾਂ ਪ੍ਰੋਗਰਾਮ ਇੱਥੇ ਹੀ ਸ਼ੁਰੂ ਕਰ ਦਿੰਦੇ ਹਾਂ ਮਹਾਰਾਜ ਦੀ ਕਿਰਪਾ ਦੇ ਨਾਲ। ਆਪਣੇ ਗੁਰੂ ਘਰ ਦੇ ਵਜ਼ੀਰ 20 ਮਿੰਟ ਲਈ ਮਨਜੀਤ ਸਿੰਘ ਜੀ, ਅਮਰਜੀਤ ਸਿੰਘ ਜੀ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਪਿਆਰੀ ਸਾਧ ਸੰਗਤ ਜੀਓ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਜਿਤਨਾ ਸਮਾਂ 20 ਮਿੰਟ ਦਾ ਬਖਸ਼ਿਸ਼ ਹੋਇਆ ਸੀ ਉਸ ਸਮੇਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਕੀਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਸਿਰਜਣਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ ਅਤੇ ਹੋਰ ਐਸੇ ਮਹਾਨ ਜੋ ਸਥਾਨ ਬਖਸ਼ਿਸ਼ ਕੀਤੇ ਹਨ। ਸਭ ਤੋਂ ਵੱਡੀ ਚੀਜ਼ ਹੈ ਗੁਰਬਾਣੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਸਤਿਗੁਰੂ ਨੂੰ ਕੁਟਾਣ ਕੋਟ ਪ੍ਰਣਾਮ ਹੈ ਜੋ ਸਾਡੇ ਪਰਮ ਪਿਤਾ ਹਨ। ਅੱਜ ਫਾਦਰ ਡੇ 'ਤੇ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਤਾਂ ਪੌਕੇ ਹਾ ਕਾੜਾ ਜੀਓ। ਫੁੱਲਾਂ ਚੁੱਕਾਂ ਦੀ ਖੇਵਾਂ ਬਖਸ਼ਿਸ਼ ਕਰਨੀ ਸਤਿਸੰਗ ਜੀਓ, ਇਤਨੀ ਹਾਜ਼ਰੀ ਪ੍ਰਵਾਨ ਕਰਦੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਿੱਖ ਕੌਮ ਦੀ ਮੌਜੂਦਾ ਸਰਕਾਰ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਆਪ ਜੀ ਨੇ ਲਗਾਤਾਰ ਅੱਜ 5ਵੇਂ ਦੀਵਾਨ ਦੇ ਵਿੱਚ ਹਾਜ਼ਰੀਨ ਹੋ ਕੇ 5ਵੇਂ ਨਾਨਕ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਇਤਿਹਾਸ ਅਤੇ ਤਵਾਰੀਖ ਦੇ ਪੰਨੇ ਸ਼ਹੀਦਾਂ ਦੇ ਸਰਤਾਜ ਆ ਕੇ ਪੁਕਾਰਦੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਲਾਸ਼ਾਨੀ ਅਤੇ ਵਿਲੱਖਣ ਸ਼ਹਾਦਤ ਨੂੰ ਸਮਰਪਿਤ ਹੋ ਕੇ, ਜਿੱਥੇ ਗੁਰੂ ਮਹਾਰਾਜ ਜੀ ਦੇ ਅਸੀਂ ਇਤਿਹਾਸ ਨੂੰ, ਉਹਨਾਂ ਦੀ ਬਾਣੀ ਨੂੰ ਰਲ ਮਿਲ ਬੈਠ ਕੇ ਸਾਂਝਿਆਂ ਕੀਤਾ ਵਿਚਾਰਿਆ, ਸਤਿਕਾਰਯੋਗ ਭਾਈ ਸਾਹਿਬ ਹੋਰਾਂ ਨੇ ਹੁਣੇ ਭੱਟਾਂ ਦੀ ਬਾਣੀ ਵਿੱਚੋਂ ਗੁਰੂ ਉਸਤਤ ਦੇ ਵਿੱਚ ਪਾਵਨ ਸਵਈਏ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕੀਤਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਜੀ ਨੇ ਜਿਸ ਅਵਸਥਾ 'ਤੇ ਜਾ ਕੇ, ਜਿਸ ਡੂੰਘਾਈ 'ਚ ਜਾ ਕੇ ਇਹ ਖਿਆਲ ਸਾਡੇ ਸਾਹਮਣੇ ਰੱਖਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਪਣ ਦੀ ਲੋੜ ਹੈ, ਅਤੇ ਅਸੀਂ ਜਪਣ ਦਾ ਅਰਥ ਲੈਂਦੇ ਹਾਂ ਰੈਪੀਟੇਸ਼ਨ, ਰਿਪੀਟ ਕਰਨਾ, ਦੁਹਰਾਉਣਾ। ਕਿ ਭੱਟ ਜੀ ਨੇ ਸਾਨੂੰ ਇਹ ਸੁਨੇਹਾ ਦਿੱਤਾ ਕਿ ਤੁਸੀਂ ਸਾਰੇ ਹੀ ਹੁਣ ਗੁਰੂ ਅਰਜਨ ਕਰੋ, ਜਪਿਓ ਜਿਨ ਅਰਜਨ ਦੇਵ ਗੁਰੂ, ਕਿ ਅਸੀਂ ਸਾਰੇ ਰਲ ਮਿਲ ਬੈਠ ਕੇ ਗੁਰੂ ਅਰਜਨ ਦੇਵ ਕਰੀਏ ਤਾਂ ਸਾਡੇ ਸੰਕਟ ਮੁੱਕ ਜਾਣਗੇ। ਨਹੀਂ, ਜਪਣ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਕਿ ਜਿਸ ਕਿਸੇ ਖਿਆਲ ਨੂੰ ਆਪਣੀ ਸੁਰਤ ਦਾ ਹਿੱਸਾ ਬਣਾਉਣਾ ਹੈ, ਜਿਸ ਵਿਚਾਰ ਦੇ ਮੁਤਾਬਕ ਆਪਣੇ ਵਿਹਾਰ, ਆਪਣੀਆਂ ਆਦਤਾਂ ਅਤੇ ਆਪਣਾ ਸੰਸਕਾਰ ਬਣਾਉਣਾ ਹੈ, ਉਹਨੂੰ ਦ੍ਰਿੜ ਕਰ ਲਓ, ਆਪਣੇ ਅੰਦਰ ਪੱਕਾ ਕਰ ਲਵੋ। ਉਹ ਵਾਰ ਵਾਰ ਖਿਆਲ ਭੁੱਲਣਾ ਨਹੀਂ ਚਾਹੀਦਾ। ਜਪਿਓ ਜਿਨ ਅਰਜਨ ਦੇਵ ਗੁਰੂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ, ਉਹਨਾਂ ਦੇ ਉਪਦੇਸ਼ ਨੂੰ, ਉਹਨਾਂ ਦੀ ਵਿਚਾਰ ਨੂੰ ਆਪਣੇ ਜ਼ਿਹਨ ਦੇ ਵਿੱਚ ਦ੍ਰਿੜ ਕਰ ਲਵੋ, ਪੱਕਿਆਂ ਕਰ ਲਵੋ, ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਕੋਈ ਵੀ ਜੀਵਨ ਦੇ ਵਿੱਚ ਵਿਕਾਰਾਂ, ਅਵਗੁਣਾਂ, ਅਗਿਆਨਤਾ ਵੱਲੋਂ ਪੈਦਾ ਹੋਇਆ ਸੰਕਟ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਏਗਾ, ਰੁਕਾਵਟ ਨਹੀਂ ਬਣੇਗਾ। ਹਰ ਇੱਕ ਸਮੱਸਿਆ ਨੂੰ ਤੁਸੀਂ ਆਪ ਹੀ ਸੋਲਵ ਕਰ ਸਕਦੇ ਹੋ, ਵੱਡੀ ਤੋਂ ਵੱਡੀ ਦਿੱਕਤ ਦਾ ਤੁਸੀਂ ਸਾਹਮਣਾ ਕਰ ਸਕਦੇ ਹੋ। ਫਿਰ ਸੰਕਟ ਜੋਨ ਗਰਭ ਨਾ ਆਇਓ, ਇਹਨਾਂ ਪਰੇਸ਼ਾਨੀਆਂ, ਝਮੇਲਿਆਂ ਅਤੇ ਰੁਕਾਵਟਾਂ ਦੇ ਜੋਨ ਵਿੱਚੋਂ, ਗਰਭ ਵਿੱਚੋਂ ਤੁਸੀਂ ਨਿਕਲ ਜਾਓਗੇ। ਸੋ ਉਮੀਦ ਕਰਦਾ ਕਿ ਜਿਵੇਂ ਅਸੀਂ ਗੁਰੂ ਮਹਾਰਾਜ ਜੀ ਦੇ ਪੁਰਬ ਨੂੰ ਸਮਰਪਿਤ ਹੋ ਕੇ ਪਿਛਲੇ ਦੀਵਾਨਾਂ ਦੇ ਵਿੱਚ ਇਕਾਗਰਤਾ ਨਾਲ ਗੱਲਾਂ ਸਾਂਝੀਆਂ ਕੀਤੀਆਂ, ਕੁਝ ਸ਼ਹੀਦੀਆਂ ਦੇ ਮੁੱਢਲੇ ਕਾਰਨ ਸਾਂਝੇ ਕੀਤੇ ਨੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਕੀ ਹੋਣਗੇ,
ਸਾਨੂੰ ਵਜ੍ਹਾ ਤਾਂ ਪਤਾ ਲੱਗੇ ਨਾ ਕਿ ਇੰਨੇ ਸ਼ਹੀਦੀਆਂ ਦੇ ਦੌਰ ਚੱਲੇ, ਆਰੰਭ ਤਾਂ ਗੁਰੂ ਅਰਜਨ ਸਾਹਿਬ ਜੀ ਤੋਂ ਹੋਈ, ਅਤੇ ਉਹ ਕਾਰਨ ਕੀ ਹੋਣਗੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਮੇਂ ਦੀ ਹਕੂਮਤ ਨੇ, ਧਾਰਮਿਕ ਆਗੂਆਂ ਨੇ, ਉਸ ਵੇਲੇ ਦੇ ਸ਼ਰਈ ਕੱਟਰ ਮੁਸਲਮਾਨ ਇਸਲਾਮਕ ਹਿੰਦੂ ਮਹੇਸ਼ ਦੱਤ ਵਰਗੇ ਇਹ ਸਾਰੇ ਕਿਉਂ ਖਿਲਾਫ ਹੋ ਗਏ ਗੁਰੂ ਮਹਾਰਾਜ ਜੀ ਦੇ? ਇਹ ਅਸੀਂ ਕੁਝ ਖਿਆਲ ਸਾਂਝੇ ਕੀਤੇ ਪਿਛਲੇ ਦੀਵਾਨਾਂ ਦੇ ਵਿੱਚ। ਆਓ ਰਲ ਮਿਲ ਬੈਠ ਕੇ ਗੁਰੂ ਮਹਾਰਾਜ ਜੀ ਦੇ ਸ਼ਹੀਦੀ ਔਰ ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਉੱਚੀ ਆਵਾਜ਼ ਵਿੱਚ ਬੁਲੰਦ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਇਹ ਜੂਨ ਮਹੀਨਾ ਹੈ, ਜਿਹਨੂੰ ਅਸੀਂ ਜੇਠ ਮਹੀਨਾ ਵੀ ਕਹਿੰਦੇ, ਹੁਣ ਹਾੜ ਦਾ ਮਹੀਨਾ ਕੱਲ੍ਹ ਤੋਂ ਆਰੰਭ ਹੋਇਆ, ਅੱਜ ਦੋ ਹਾੜ ਹੈ। 550 ਸਾਲ ਦੋ ਹਾੜ, ਜੇਠ ਅਤੇ ਹਾੜ, ਅਤੇ ਅਸੀਂ ਜਿਹਨੂੰ ਜੂਨ ਮਹੀਨਾ ਕਹਿੰਦੇ ਹਾਂ। ਇਸ ਜੂਨ ਮਹੀਨੇ ਨੇ ਸਿੱਖ ਪੰਥ ਦੇ ਅੰਦਰ ਸ਼ਹੀਦੀ ਦੇ ਕੁਝ ਦੌਰ ਪੇਸ਼ ਕੀਤੇ ਹੋਏ ਨੇ। 4 ਜੂਨ 1984 ਦੇ ਉਸ ਵੱਡੇ ਦਹਾਕੇ ਨੂੰ, ਉਸ ਵੱਡੀ ਘਟਨਾ ਨੂੰ ਜਿਹਨੂੰ ਅਸੀਂ ਘੱਲੂਘਾਰਾ ਆਖਦੇ ਹਾਂ, ਤੀਜਾ ਘੱਲੂਘਾਰਾ ਸਾਡੀ ਕੌਮ ਦਾ। ਇੱਕ 1746 'ਚ ਛੋਟਾ ਘੱਲੂਘਾਰਾ, ਜਿਹਦੇ 'ਚ 7 ਤੋਂ 8 ਸਾਡੀ ਕੌਮ ਦੇ ਮਰ ਜੀਵੜੇ ਸਰਕਾਰੀ ਤਸ਼ੱਦਦ ਦੇ ਨਾਲ, ਹੁਕਮ ਦੇ ਨਾਲ ਧਰਤੀ 'ਤੇ ਵਿਛਾ ਦਿੱਤੇ ਗਏ, ਉਹਨਾਂ ਦਾ ਲਹੂ ਡੁੱਲਿਆ। 1762 ਦੇ ਵਿੱਚ ਵੱਡਾ ਘੱਲੂਘਾਰਾ ਹੋਇਆ, ਇੱਕ ਦਿਨ ਦੇ ਵਿੱਚ ਤਕਰੀਬਨ 20,000 ਦੇ ਨਜ਼ਦੀਕ ਸਾਡੀ ਕੌਮ ਦੇ ਮਰਜੀਵੜੇ ਸ਼ਹੀਦ ਕੀਤੇ ਗਏ, ਔਰ ਕੌਮ ਵੱਲੋਂ ਫਰਮਾਨ ਜਾਰੀ ਹੋਇਆ ਨਸਲ ਕੁਸ਼ੀ ਦਾ, ਜਿਹਨੂੰ ਅਸੀਂ ਜੈਨੋਸਾਈਡ ਕਹਿੰਦੇ ਹਾਂ। ਘੱਲੂਘਾਰਾ ਨਾਨਕ ਪ੍ਰਸਤ ਜਿੱਥੇ ਮਿਲਦਾ ਉਹਨੂੰ ਜਾਂ ਤਾਂ ਫੜ ਕੇ ਲੈ ਆਓ ਜਾਂ ਉੱਥੇ ਹੀ ਮਾਰ ਦੇਵੋ, ਇਹ ਖੁੱਲ ਸਰਕਾਰ ਵੱਲੋਂ ਮਿਲ ਚੁੱਕੀ ਸੀ। ਜੂਨ 1984 ਦਾ 4 ਤਰੀਕ ਦਾ ਘੱਲੂਘਾਰਾ ਇਸੇ ਮਹੀਨੇ ਲੰਘਿਆ। ਹੁਣ ਅਸੀਂ ਮਨਾ ਰਹੇ ਹਾਂ 16 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ, ਅਤੇ ਅੱਗੇ ਆਉਣਾ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ, ਜਿਹੜਾ ਸਾਡੀ ਕੌਮ ਦਾ ਜਰਨੈਲ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਥਾਪੜਾ ਦਾ ਪਾਤਰ, ਜਿਹਨੇ ਸਿੱਖ ਰਾਜ ਕਾਇਮ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਏ ਔਰ ਸਮਾਜ ਦੇ ਵਿੱਚ ਇੱਕ ਸੁਰਤਾ ਪੈਦਾ ਕੀਤੀ, ਉਹਨਾਂ ਦਾ ਸ਼ਹੀਦੀ ਪੁਰਬ ਹੈ 25 ਜੂਨ ਨੂੰ। ਤੁਸੀਂ ਤਿੰਨੋਂ ਸ਼ਹੀਦੀਆਂ ਨੂੰ ਸਾਹਮਣੇ ਰੱਖ ਕੇ ਵੇਖੋ ਅਤੇ ਗਵਰਨਮੈਂਟ ਦੀਆਂ, ਸਰਕਾਰ ਦੀਆਂ, ਸੈਂਟਰ ਦੀਆਂ ਪਾਲਿਸੀਆਂ ਨੂੰ ਸਾਹਮਣੇ ਰੱਖ ਕੇ ਵੇਖੋ, ਤੁਹਾਨੂੰ ਲੱਗੇਗਾ ਕਿ ਹੂ ਬਹੂ ਇਹ ਵਾਰੀ ਵਾਰੀ ਜਿਹੜੇ ਕਾਰਨ ਵਾਪਰੇ, ਸ਼ਹੀਦੀਆਂ ਹੋਈਆਂ, ਉਹਨਾਂ ਦਾ ਕਾਰਨ ਮੁੱਖ ਇੱਕੋ ਹੀ ਹੈ। ਉਹ ਇਹ ਹੈ ਕਿ ਸਮੇਂ ਦੀ ਹਕੂਮਤ, ਸਟੇਟ ਜਿਹੜੀ ਹੈ, ਭਾਵੇਂ ਉਹ ਮੁਗਲਾਂ ਦੀ ਹੈ, ਭਾਵੇਂ ਉਹ ਅੱਜ ਦੇ ਵਕਤ ਜਿਹੜੇ ਆਰੀਅਨ ਤਿਲਕਧਾਰੀ, ਧੋਤੀਧਾਰੀ, ਜੋ ਵੀ ਉਹਨਾਂ ਦਾ ਲਿਬਾਸ ਹੈ, ਉਹ ਕਾਬਜ਼ ਨੇ। ਸਟੇਟ ਗਵਰਨਮੈਂਟ ਨੂੰ ਹਮੇਸ਼ਾ ਇਹ ਡਰ ਰਿਹਾ ਕਿ ਸਟੇਟ ਵਿੱਚੋਂ ਸਟੇਟ ਨਾ ਨਿਕਲ ਜਾਏ, ਰਾਜ ਵਿੱਚੋਂ ਇੱਕ ਰਾਜ ਪ੍ਰਬੰਧ ਪੈਦਾ ਹੋ ਰਿਹਾ, ਉਹਨਾਂ ਨੂੰ ਇਹ ਡਰ ਅਤੇ ਤੋਖ ਲਏ ਹੋਏ। ਸੱਤਾ ਅਤੇ ਬਲਵੰਡ ਦੀ ਬਾਣੀ ਨੇ ਗਵਾਹੀ ਭਰੀ ਹੈ ਕਿ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੈ। ਬਾਬੇ ਨਾਨਕ ਨੇ ਕੋਈ ਸੰਨਿਆਸੀਆਂ ਦਾ, ਉਦਾਸੀਆਂ ਦਾ ਧਰਮ ਨਹੀਂ ਚਲਾਇਆ। ਗੁਰੂ ਨਾਨਕ ਮਹਾਰਾਜ ਜੀ ਨੇ ਲੋਕਾਂ ਨੂੰ ਹੱਕ ਅਤੇ ਹਕੂਕ ਦੇਣ ਵਾਸਤੇ ਜਿੱਥੇ ਆਵਾਜ਼ ਚੁੱਕੀ, ਉੱਥੇ ਮਹਾਰਾਜ ਜੀ ਨੇ ਰਾਜ ਪ੍ਰਬੰਧ ਦੀ ਤਿਆਰੀ ਵੀ ਕੀਤੀ। ਆਪਣੇ ਆਪ ਦੇ ਵਿੱਚ ਤੁਸੀਂ ਪੰਜਾਬ ਦੀ ਉਸ ਜ਼ਰਖੇਜ਼ ਧਰਤੀ ਵੱਲ ਨਿਗਾਹ ਮਾਰ ਕੇ ਵੇਖੋ ਜਿੱਥੇ ਗੁਰੂ ਮਹਾਰਾਜ ਜੀ ਨੇ ਨਗਰ ਡਿਵੈਲਪ ਕੀਤੇ, ਨਗਰ ਦੀਆਂ ਉਸਾਰੀਆਂ ਕੀਤੀਆਂ ਜਿੱਥੇ ਲੋਕ ਮਹਿਫੂਜ਼ ਹੋ ਕੇ ਰਹਿ ਸਕਣ, ਔਰਤਾਂ ਦੇ ਹੱਕ, ਜਿਨ੍ਹਾਂ ਨੂੰ ਅਸੀਂ ਦਲਿਤ ਸਮਾਜ ਕਹਿੰਦੇ ਹਾਂ, ਸ਼ੂਦਰ ਕਹਿੰਦੇ ਹਾਂ, ਉਹਨਾਂ ਦੇ ਹੱਕ, ਇਹ ਕਹਿ ਲਓ ਹਰ ਇੱਕ ਬੰਦੇ ਦੇ ਹੱਕ ਬਰਾਬਰ ਰੱਖੇ ਗਏ। ਉਹਦੇ ਲਈ ਪ੍ਰੈਕਟਿਸ ਕਰਾਈ ਗਈ ਕਿ ਤੁਸੀਂ ਪੰਗਤ ਵਿੱਚ ਬੈਠੋ, ਸੰਗਤ ਵਿੱਚ ਆ ਕੇ ਇਕੱਠੇ ਬੈਠੋ, ਉੱਥੇ ਬੈਠ ਕੇ ਇਕੱਠੇ ਅਕਾਲ ਪੁਰਖ ਦੀ ਇਬਾਦਤ ਕਰੋ। ਫਿਰ ਉਹਦੇ ਬਾਅਦ ਸਰੋਵਰ ਬਣੇ, ਜਿਹੜੀ ਇਕੁਐਲਿਟੀ ਦਾ ਪ੍ਰਤੀਕ। ਮਹਾਰਾਜ ਜੀ ਨੇ ਬੋੜੀਆਂ ਬਣਾਈਆਂ, ਜਾਤ ਪਾਤ ਦਾ, ਵਰਣਪਣ ਦਾ ਨਾਸ ਮਾਰ ਕੇ ਇੱਕ ਥਾਂ ਲੋਕਾਂ ਨੂੰ ਬਹਿਣਾ ਸਿਖਾਇਆ।
इस सारे काशे का मतलब है लोगों नूं खुद मुख्तियारी दे देनी, आजादी देनी, तुसीं अपने फैसले आप करो। मैं कल भी बेनती की सी, साडे न्याणे का जन्म है, साडे न्याणे का विआह है, साडे परिवार के किसी जी का अंतम अरदास का मसला है, असी खुद डिसीजन लवांगे। असी नहीं पुछांगे किसी जंतरी वाले कोलों, किसी गरुड़ पुराण वाले कोलों, किसी लै पहाड़ करे विआह वाले कोलों। खुद मुख्तियारी, असी भावें कहने कि एक वखरा धर्म, पर ध्यान दिओ जे इस गल वल, महाराज जी ने कोई फिरका प्रस्ती नहीं की कि पहला भी धर्म चल रहे ने मैं एक होर नवा चला लवां। गुरु महाराज जी ने उस समाज में हक लैके दिते, उस समाज विचों लोगों नूं जूण का तरीका सिखाया कि तुसीं सिर चुक के जूणा सीखो, सरकारां दे सामने अड़ना सीखो। ये धार्मिक जिहड़े आगू ने, ब्राह्मण ने, भावें काजी मुलाणे ने, इन्हां नाल डिबेट करना सीखो, इन्हां नाल बैठ के कन्वरसेशन करो, घबराओ ना, डरो ना। महाराज जी ने ये 239 साल सानू प्रैक्टिस कराई उस ग्राउंड दे विच, 239 साल नगर बनाए, सरोवर, बौड़ियां, बाग, एशिया दे विच सब तो पहला दवाखाना किरतपुर दे विच, औरंगजेब सवे की गवर्नमेंट दे भरा दा इलाज किरतपुर होंदा है, तुसीं हिसाब लाओ। हर पक्ष नूं गुरु महाराज जी ने किन्ने उचेरे पद्धर ते लिजा के समाज नूं सुविधावां दित्तियां कि केवल हक्कां दीआं गल्लां नहीं करनियां, प्रैक्टिकल करके विखाओ इस समाज दे विच। परम धर्म जिन्ना ने मिथिया, परम धर्म जिन्ना ने मिथिया, तेरे नाल परीतां दा तोरे अंदर तो हुकायावण, चले सिलसिला गीतां दा तोरे अंदर तो हुकायावण। थोड़ा खांदे सौंदे थोड़ा, थोड़ा खांदे सौंदे थोड़ा, लगे हड्डियां चूर मिंदे पे पोटे,
ਸੱਪਾਂ ਡੰਗ ਨਾ ਮਾਰੇ ਸਾਨੂੰ ਦੇਵ ਪੂਜਣ ਆਉਂਦੇ ਨੇ ਤੇਰੀ ਰਹਿਮਤ ਦੇ ਜਲਵੇ ਨੂੰ ਤਰ ਜਾਂਦੇ ਜੋ ਗਾਉਂਦੇ ਨੇ ਤੇਰੀ ਰਹਿਮਤ ਦੇ ਜਲਵੇ ਨੂੰ ਜੱਸਾ ਸਿੰਘ ਕਲਾਲ ਨੇ ਜਸ ਜੱਸਾ ਸਿੰਘ ਕਲਾਲ ਨੇ ਜਸ ਉੱਚੀ ਸੁਰ ਵਿੱਚ ਗਾਇਆ ਸੀ ਸਿੱਖ ਸਤਿਗੁਰੂ ਸਾਹਿਬ ਦੀ ਪਵਿੱਤਰ ਧਰਤੀ ਸੀਰਸ ਵਿਖੇ ਤੁਸੀਂ ਸਾਰੇ ਇਕੱਤਰ ਹੋਏ ਹੋ। ਗੁਰੂ ਕੇ ਖਾਲਸਾ ਜੀ, ਨਾ ਕੋਈ ਤੱਤੀ ਲੋਹ ਤੇ ਬਹਿੰਦਾ, ਸਿਰ ਨਾ ਤੱਤਾ ਰੇਤ ਪਵਾਉਂਦਾ, ਨਾ ਕੋਈ ਚਾਂਦਨੀ ਚੌਂਕ ਦੇ ਅੰਦਰ ਹੱਸ ਕੇ ਆਪਣਾ ਸੀਸ ਕਟਾਉਂਦਾ, ਦੇਸ਼ ਦੀ ਰੱਖਿਆ ਨਾ ਕੋਈ ਕਰਦਾ ਜੇ ਦਿਲਾਂ ਦੇ ਵਿੱਚ ਸਤਿਕਾਰ ਨਾ ਹੁੰਦਾ, ਆਪਣਾ ਆਪ ਨਾ ਕੋਈ ਗਵਾਉਂਦਾ ਜੇ ਦੁਨੀਆਂ ਦੇ ਵਿੱਚ ਪਿਆਰ ਨਾ ਹੁੰਦਾ। ਪਿਆਰ ਇੱਕ ਬਹੁਤ ਵਡਮੁੱਲੀ ਚੀਜ਼ ਹੈ, ਵੱਡੀ ਚੀਜ਼ ਹੈ, ਸ਼ਕਤੀਸ਼ਾਲੀ ਚੀਜ਼ ਹੈ, ਜਿਸ ਦੀ ਤਾਂਘ ਦੇ ਵਿੱਚ ਆਪਾਂ ਇਕੱਤਰ ਹੋ ਕੇ ਬੈਠੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਨਮਸਕਾਰ ਕਰਨੀ ਹੈ। ਗੁਰੂ ਕੇ ਖਾਲਸਾ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੀ ਸਾਰਿਆਂ ਦੀ ਹਾਜ਼ਰੀ ਲੱਗ ਜਾਵੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਹਉਮੈ ਨੂੰ ਦੂਰ ਕਰਨਾ ਹੈ, ਵਾਹਿਗੁਰੂ ਮੰਤਰ ਦਰੜਾਉਣਾ ਹੈ ਆਪਾਂ। ਆਓ ਗੱਜ ਕੇ ਨਮਸਕਾਰ ਕਰੀਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਔਰ ਗੱਜ ਕੇ ਫਤਿਹ ਬੁਲਾਈਏ, ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦੇਸ਼ਾਂ ਦੇ ਵਿੱਚ ਹਰੇਕ ਐਤਵਾਰ ਨੂੰ ਆਪਾਂ ਬੜੀ ਧੂਮਧਾਮ ਦੇ ਨਾਲ ਸਪੈਸ਼ਲ ਉਦਮ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ। ਹਰੇਕ ਐਤਵਾਰ ਨੂੰ ਵੱਡੇ ਦੀਵਾਨ ਸੱਜਦੇ ਨੇ, ਪਰ ਹਰੇਕ ਸਾਲ ਦੇ ਵਿੱਚ ਕੋਈ ਦੋ ਚਾਰ ਐਤਵਾਰ ਇਹੇ ਆ ਜਾਂਦੇ ਨੇ ਜਿਹੜੇ ਵਿਸ਼ੇਸ਼ ਬਣ ਜਾਂਦੇ ਨੇ, ਜਿਨ੍ਹਾਂ ਐਤਵਾਰਾਂ ਦੇ ਉੱਪਰ ਬਹੁਤ ਜ਼ਿਆਦਾ ਉੱਦਮ ਕੀਤਾ ਜਾਂਦਾ,
ਦੂਰੋਂ ਦੂਰੋਂ ਭਾਈਚਾਰੇ ਨੂੰ ਫੋਨ ਕਰਕੇ ਕਿਸੇ ਨਾ ਕਿਸੇ ਹੀਲੇ ਵਸੀਲੇ ਸੁਨੇਹੇ ਪਹੁੰਚਾ ਕੇ ਇਕੱਤਰ ਕੀਤਾ ਜਾਂਦਾ। ਅੱਜ ਦਾ ਇਹ ਸ਼ੁਭ ਦਿਹਾੜਾ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਤਕਰੀਬਨ 12,800 ਪਿੰਡ ਹੈ, ਤਕਰੀਬਨ 12,800 ਔਰ 22 ਜ਼ਿਲ੍ਹੇ ਨੇ। ਪਹਿਲੋਂ 12 ਜ਼ਿਲ੍ਹੇ ਸੀ, 20 ਹੋ ਗਏ, ਹੁਣ 22 ਨੇ। ਔਰ 22 ਜ਼ਿਲ੍ਹਿਆਂ ਦੀਆਂ 91 ਤਹਿਸੀਲਾਂ ਨੇ, 84 ਸਬ ਤਹਿਸੀਲਾਂ ਨੇ। ਔਰ ਇਸੇ ਤਰੀਕੇ ਦੇ ਨਾਲ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਬੜਾ ਨਾਮਵਰ ਪਿੰਡ ਪੈਂਦਾ, ਜਲੰਧਰ ਤੋਂ 2-4 ਕਿਲੋਮੀਟਰ ਦੀ ਵਿੱਥ 'ਤੇ ਹੀ ਹੈ, ਜਿਸ ਪਿੰਡ ਦਾ ਨਾਂ ਤੱਲਣ ਹੈ। ਔਰ ਤੱਲਣ ਦੇ ਇਲਾਕਾ ਨਿਵਾਸੀ ਇਸ ਸ਼ਹਿਰ ਦੇ ਵਿੱਚ ਤਕਰੀਬਨ ਆਲੇ ਦੁਆਲੇ ਬਹੁਤੇ ਰਹਿੰਦੇ ਨੇ। ਹਮੇਸ਼ਾ ਹਰੇਕ ਸਾਲ ਦੀ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਬਾਬਾ ਨਿਹਾਲ ਸਿੰਘ ਦਾ ਜੋੜ ਮੇਲਾ ਬੜੀ ਧੂਮਧਾਮ ਦੇ ਨਾਲ ਜਿੱਥੇ ਪਿੰਡ ਦੇ ਵਿੱਚ ਮਨਾਉਂਦੇ ਨੇ, ਉੱਥੇ ਸੀਰਸ ਦੀ ਧਰਤੀ ਦੇ ਉੱਪਰ ਵੀ ਮਨਾਉਣ ਦਾ ਯਤਨ ਕਰਦੇ ਨੇ ਔਰ ਬੜੀ ਖਿੱਚ ਦੇ ਨਾਲ, ਤਾਂਘ ਦੇ ਨਾਲ, ਉਦਮ ਦੇ ਨਾਲ ਮਨਾਉਂਦੇ ਨੇ। ਮੇਰੇ ਨਾਲ ਹੁਣ ਜੁੜੇ ਨੇ ਅਸ਼ੋਕ ਵਰਮਾ, ਉਹਨਾਂ ਦਾ ਪਰਿਵਾਰ ਅਤੇ ਹੋਰ ਦੋਸਤ ਮਿੱਤਰ, ਜਿਨ੍ਹਾਂ ਦਾ ਇਸ ਜੋੜ ਮੇਲੇ ਨੂੰ ਕਰਾਉਣ ਦੇ ਵਿੱਚ ਖਾਸਾ ਯੋਗਦਾਨ ਹੈ। ਅਸ਼ੋਕ ਵਰਮਾ ਜੀ, ਸਨਲਾਈਟ ਇੰਡੀਅਨ ਕੁਸੀਨ ਅਤੇ ਸ਼ਿਕਾਗੋਜ਼ ਪੀਜ਼ਾ ਵਿਦ ਟਵਿਸਟ ਮੋਡੈਸਟੋ ਦੀ ਗੱਲ ਕਰੀਏ ਤਾਂ ਇਹ ਅੱਜ ਦਾ ਸਾਰਾ ਜਿਹੜਾ ਤੁਹਾਡੇ ਘਰਾਂ ਤੱਕ ਪਹੁੰਚ ਰਿਹਾ ਪ੍ਰੋਗਰਾਮ, ਇਹਨਾਂ ਦੀ ਬਦੌਲਤ ਪਹੁੰਚ ਰਿਹਾ। ਅਸ਼ੋਕ ਜੀ, ਸਤਿ ਸ਼੍ਰੀ ਅਕਾਲ ਅਤੇ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਜੀ, ਤੁਸੀਂ ਐਡਾ ਵੱਡਾ ਬੀੜਾ ਉਠਾਇਆ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ, ਸ਼ਹੀਦ ਬਾਬਾ ਹਰਨਾਮ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ, ਇਹ ਕਿੰਨਵਾਂ ਹੈਗਾ ਜੀ ਜੋੜ ਮੇਲਾ? 26ਵਾਂ ਜੀ, ਮੋਡੈਸਟੋ ਵਿੱਚ 26ਵਾਂ ਅਤੇ ਇਸ ਵਾਰ ਪੂਰੀ ਦੁਨੀਆ ਦੇ ਵਿੱਚ ਜਾਏਗਾ ਜੀ। ਅੱਛਾ, ਤੁਸੀਂ ਇਸ ਇਤਿਹਾਸ ਬਾਰੇ ਕੁਛ ਚਾਨਣਾ ਪਾਓਗੇ ਜੀ, ਗੁਰਦੁਆਰਾ ਸ਼ਹੀਦਾਂ ਤਲਨ? ਅਸੀਂ ਤਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਰੀ ਸੰਗਤ ਵੱਲੋਂ, ਸਾਰੇ ਮੋਡੈਸਟੋ ਦੀ ਸੰਗਤ ਵੱਲੋਂ, ਤਲਨ ਨਿਵਾਸੀਆਂ ਵੱਲੋਂ ਅਤੇ ਸਾਰੀ ਸੰਗਤ ਜਿੰਨੀ ਵੀ ਸਾਡੇ ਇੱਥੇ ਗੁਰਦੁਆਰਾ ਸਾਹਿਬ ਰੌਣਕਾਂ ਨੂੰ ਵਧਾਇਆ, ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਮੋਡੈਸਟੋ ਸੀਰੀਜ਼ ਤਾਰਲਕ, ਜਿਹੜੀਆਂ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ ਮੋਡੈਸਟੋ ਪਹੁੰਚੀਆਂ ਨੇ, ਉਹਨਾਂ ਨੂੰ ਬਾਬਾ ਹਰਨਾਮ ਸਿੰਘ ਜੀ, ਬਾਬਾ ਨਿਹਾਲ ਸਿੰਘ ਜੀ, ਤਲਨ ਸਾਹਿਬ ਗੁਰਦੁਆਰਾ ਸਾਹਿਬ ਤਖ਼ਤ ਸ਼ਹੀਦੀ ਜੋੜ ਮੇਲਾ ਅੱਜ ਇੱਥੇ ਮਨਾਇਆ ਜਾ ਰਿਹਾ ਹੈ, ਉਹਦੇ ਵਾਸਤੇ ਲੱਖ ਲੱਖ ਵਧਾਈਆਂ। ਅਤੇ ਸਾਰੀਆਂ ਸੰਗਤਾਂ ਜਿਹੜੀਆਂ ਟੱਲਣ ਇਲਾਕੇ 'ਚੋਂ ਇੱਥੇ ਪਹੁੰਚੀਆਂ ਹੋਈਆਂ ਨੇ, ਉਹਨਾਂ ਵੱਲੋਂ ਉਪਰਾਲਾ ਕਰਕੇ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ। ਇੱਕ ਛੋਟੀ ਜਿਹੀ ਗੱਲ ਕਹਾਂਗਾ, ਤੱਲਣ ਗੁਰਦੁਆਰਾ ਸਾਹਿਬ ਦੀ ਖਾਸੀਅਤ ਹੈ, ਉੱਥੇ ਮੈਂ ਕਈ ਵਾਰ ਗਿਆ, ਜਿਹੜੇ ਲੋਕ ਬਾਹਰ ਆਉਣ ਦੇ ਚਾਹਵਾਨ ਨੇ ਉੱਥੇ ਸੁੱਖਣਾ ਸੌਖੀ ਆਉਂਦੇ ਨੇ ਵੀ ਅਸੀਂ ਪਲੇਨ ਚੜਾਵਾਂਗੇ ਉੱਥੇ, ਜਿਨ੍ਹਾਂ ਦੀ ਸੁੱਖਣਾ ਪੂਰੀ ਹੁੰਦੀ ਆ ਉਹ ਉੱਥੇ ਪਲੇਨ ਚੜਾ ਕੇ ਆਉਂਦੇ ਆ। ਸੋ ਸੱਜਣੋ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਇੱਕ ਵਾਰੀ ਫਿਰ ਬੇਨਤੀ ਆ ਵੀ ਜੇ ਤੁਸੀਂ ਬਾਹਰ ਆਉਣ ਦੇ ਚਾਹਵਾਨ ਹੋ, ਤਲਨ ਗੁਰਦੁਆਰਾ ਸਾਹਿਬ ਜਾਓ, ਆਪਣੀ ਸੁੱਖਣਾ ਸੁੱਖੋ, ਤੁਹਾਡੀ ਮਨ ਕਾਮਨਾ ਪੂਰੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲੀਫੋਰਨੀਆ ਦੇ ਵਿੱਚ ਮੋਡੈਸਟੋ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਤੱਲਣ ਦੀ ਸੰਗਤ ਅਤੇ ਇੱਥੇ ਇਲਾਕਾ ਨਿਵਾਸੀ ਸੰਗਤ ਨੇ ਰਲ ਮਿਲ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੋ ਕੇ ਲਗਾਤਾਰ 5 ਦਿਨ ਇੱਥੇ ਦੀਵਾਨ ਸਜੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹਰ ਸਾਲ ਹੀ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਮਨਾਉਂਦੀ ਹੈ, ਕਿਉਂਕਿ 5ਵੇਂ ਨਾਨਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜੀ ਮਹਾਨ ਸ਼ਹਾਦਤ ਦਿੱਤੀ ਹੈ 30 ਮਈ, ਉਸ ਵੇਲੇ ਦੀਆਂ ਤਾਰੀਖਾਂ ਦੇ ਮੁਤਾਬਕ 1606 ਨੂੰ ਜਿਹੜੀ ਸ਼ਹੀਦੀ ਹੋਈ ਹੈ ਉਹ ਦੁਨੀਆ ਦੇ ਵਿੱਚ ਇੱਕ ਵਿਲੱਖਣ ਸ਼ਹੀਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਾਂ ਹੀ ਸ਼ਹੀਦਾਂ ਦੇ ਸਰਤਾਜ ਅਸੀਂ ਕਹਿੰਦੇ ਹਾਂ। ਉਹ ਪਹਿਲੀ ਸ਼ਹੀਦੀ ਸੀ ਏਸ਼ੀਆ ਸਾਊਥ ਦੇ ਵਿੱਚ ਜਿਹੜੀ ਮਨੁੱਖਤਾ ਦੀ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ ਗਈ। ਉਹਦੇ ਬਾਅਦ ਸਾਡੀ ਕੌਮ ਦੇ ਵਿੱਚ ਇਹ ਕਹਿ ਲਓ ਸ਼ਹੀਦੀਆਂ ਦੀਆਂ ਕਤਾਰਾਂ ਹੀ ਲੱਗ ਗਈਆਂ। ਤਮਾਮ ਸ਼ਹੀਦ ਹੋਏ ਜਿਨ੍ਹਾਂ ਨੇ ਆਪਣੇ ਬੰਦ ਕਟਾਏ, ਖੋਪੜ ਲੁਆਏ, ਕੋਈ ਆਰਿਆਂ ਦੇ ਨਾਲ, ਨੇਜਿਆਂ ਦੇ ਨਾਲ ਸ਼ਹੀਦ ਕੀਤਾ ਗਿਆ, ਕੋਈ ਚਰਖੜੀਆਂ 'ਤੇ ਚੜ੍ਹਿਆ। ਇਹ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਸ਼ਹੀਦ ਹੋਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਤੋਂ ਬਾਅਦ। ਸੋ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਲਗਾਤਾਰ ਬਾਣੀ ਦੀਆਂ ਵਿਚਾਰਾਂ ਕੀਤੀਆਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਜਿਹੜਾ ਸਾਨੂੰ ਇਹ ਇਲਾਹੀ ਸੁਨੇਹਾ ਦਿੱਤਾ ਹੈ, ਬਾਣੀ ਵਿੱਚ ਜਿਵੇਂ ਆਉਂਦਾ ਕਿ ਇੱਕ ਸਰੀਰਕ ਤੌਰ 'ਤੇ ਸਰਕਾਰਾਂ ਸਾਡਾ ਜਿੱਥੇ ਘਾਣ ਕਰਦੀਆਂ ਨੇ, ਸਾਡਾ ਨੁਕਸਾਨ ਕਰਦੀਆਂ ਨੇ, ਜੈਨੋਸਾਈਡ ਵਾਪਰਦਾ, ਪਰ ਇਹ ਕੋਈ ਸਿੱਖ ਦੀ ਮੌਤ ਨਹੀਂ ਮੰਨੀ ਜਾਂਦੀ, ਇਹ ਸਾਡੀ ਸ਼ਹਾਦਤ ਦਾ ਇੱਕ ਰਾਹ ਰਸਤਾ ਜੋ ਗੁਰੂ ਨੇ ਦਿੱਤਾ ਹੈ। ਪਰ ਦੂਸਰੀ ਮੌਤ ਜਿਹੜੀ ਸਿੱਖ ਦੀ ਸੋਚ ਪੱਖੋਂ ਮੌਤ ਹੁੰਦੀ ਹੈ, ਉਹਦੇ ਬਾਰੇ ਬਾਣੀ ਨੇ ਸੁਚੇਤ ਕਰਦਿਆਂ ਸਾਨੂੰ ਆਖਿਆ ਹੈ ਕਿ ਜਦੋਂ ਗੁਰੂ ਤੋਂ ਸਿੱਖ ਬੇਮੁਖ ਹੁੰਦਾ ਹੈ, ਗੁਰੂ ਦੀ ਵਿਚਾਰ ਤੋਂ ਟੁੱਟਦਾ ਹੈ, ਉਦੋਂ ਸਿੱਖ ਆਤਮਕ ਤੌਰ 'ਤੇ ਅੰਦਰੋਂ ਦੀ ਮਰਦਾ ਹੈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ।
ਅੱਜ ਉਸ ਸਿੱਖ ਦੀ ਸੋਚ ਨੂੰ ਮਾਰਨ ਲਈ ਜਿਹੜੀਆਂ ਤਰੀਕੇ ਅਪਣਾਏ ਜਾ ਰਹੇ ਨੇ ਸਰਕਾਰਾਂ ਵੱਲੋਂ, ਜਿਹੜੀਆਂ ਰਣਨੀਤੀਆਂ ਬਣਾਈਆਂ ਜਾਂਦੀਆਂ ਨੇ ਕਿ ਸਿੱਖ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਇਹਨੂੰ ਸੋਚ ਪੱਖੋਂ ਮਾਰਨਾ ਹੈ, ਸਿੱਖ ਨੂੰ ਡੇਰੇਦਾਰਾਂ ਨਾਲ, ਸੰਪਰਦਾਇਕ ਸੋਚ ਨਾਲ, ਬੰਦਿਆਂ ਨਾਲ ਜੋੜ ਕੇ ਕਿਵੇਂ ਦੀ ਸੁਰਤ ਨੂੰ ਸ਼ਬਦ ਤੋਂ ਤੋੜਨਾ ਹੈ। ਇਹ ਬੇਅੰਤ ਤਰੀਕੇ ਹਨ ਜਿਹਦੇ ਤੋਂ ਸਾਡੀ ਕੌਮ ਨੂੰ, ਨੌਜਵਾਨਾਂ ਨੂੰ ਅਵੇਅਰ ਹੋਣਾ ਪਏਗਾ। ਔਰ ਜੂਨ ਦਾ ਮਹੀਨਾ ਹੈ ਜਿਹਦੇ ਵਿੱਚ 4 ਤਰੀਕ ਨੂੰ ਸਾਡਾ ਘੱਲੂਘਾਰਾ ਦਿਹਾੜਾ ਸੀ ਅਕਾਲ ਤਖ਼ਤ 'ਤੇ, ਜਦੋਂ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ, ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ 16 ਜੂਨ ਨੂੰ ਜਿਹੜਾ ਸ਼ਹੀਦੀ ਪੁਰਬ ਕੌਮ ਮਨਾ ਰਹੀ ਹੈ, ਅਤੇ ਆਉਂਦੀ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਆ ਰਿਹਾ। ਉਮੀਦ ਕਰਦੇ ਹਾਂ ਕਿ ਜਿਵੇਂ ਦਸੰਬਰ ਦਾ ਮਹੀਨਾ ਸਾਰਾ ਹੀ ਮਹੀਨਾ ਸ਼ਹੀਦੀਆਂ ਦਾ ਹੁੰਦਾ, ਇਸੇ ਤਰ੍ਹਾਂ ਜੂਨ ਦੇ ਵਿੱਚ ਜਿਹੜੇ 3 ਦਿਹਾੜੇ ਆਉਂਦੇ ਨੇ ਸ਼ਹਾਦਤਾਂ ਦੇ, ਇਹ ਸਾਡੀ ਕੌਮ ਦੇ ਅਲੰਬਰਦਾਰਾਂ ਦੇ ਜਰਨੈਲਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਸਾਨੂੰ ਸੁਨੇਹਾ ਦੇ ਕੇ ਗਈਆਂ ਨੇ ਕਿ ਅਸੀਂ ਆਪਣਾ ਭਵਿੱਖ ਕਿਵੇਂ ਸਿਰਜਣਾ, ਅੱਜ ਸਮੇਂ ਦੇ ਮੁਤਾਬਕ ਵਰਤਮਾਨ 'ਚ ਸਾਡੇ ਨਾਲ ਗਵਰਨਮੈਂਟ ਕਿਹੜੀਆਂ ਨੀਤੀਆਂ ਖੇਡਦੀ ਹੈ, ਇਹ ਆਉਂਦੇ ਵਕਤ ਅੰਦਰ ਅਸੀਂ ਕੋਈ ਇਹੋ ਜਿਹਾ ਰਾਹ ਰਸਤਾ ਅਪਣਾ ਸਕੀਏ। ਗੁਰੂ ਮਹਾਰਾਜ ਕਿਰਪਾ ਕਰਨ, ਸਮੁੱਚੀ ਕੌਮ ਜਿਹੜੀ ਹੈ ਉਹ ਗੁਰੂ ਮਹਾਰਾਜ ਜੀ ਦੇ ਵਿਚਾਰ, ਸਿਧਾਂਤ ਅਤੇ ਅਸੂਲਾਂ 'ਤੇ ਪਹਿਰੇਦਾਰ ਬਣ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਜੀਓ, ਅੱਜ ਅਸੀਂ ਮੋਡੈਸਟੋ ਸੀਰਸ ਦੇ ਇਸ ਪਾਵਨ ਪਵਿੱਤਰ ਗੁਰੂ ਘਰ ਵਿਖੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਇਹਨਾਂ ਦਾ ਸ਼ਹੀਦੀ ਪੁਰਬ ਅਤੇ ਜੂਨ 84 ਦੇ ਹੋਏ ਘੱਲੂਘਾਰੇ ਦੀ ਯਾਦ ਅਤੇ ਇਸ ਦੇ ਨਾਲ ਨਾਲ ਜੋ ਤੱਲਣ ਦੇ ਵਿੱਚ ਸਾਡੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਉਹਨਾਂ ਦੀ ਯਾਦ ਮਨਾਉਂਦੇ ਹੋਏ ਸਮੁੱਚੇ ਜੋ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਤੱਲਣ ਪਿੰਡ ਦੀਆਂ ਸੰਗਤਾਂ, ਮੋਡੈਸਟੋ ਗੁਰੂ ਘਰ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਉਲੀਕਿਆ ਗਿਆ ਸੀ, ਪੰਜਾਬ ਦੀ ਸਾਰੀ ਧਰਤੀ ਜੋ ਸਾਡੀ ਇੱਕ ਗੁਰੂ ਪੀਰਾਂ ਦੀ, ਸ਼ਹੀਦਾਂ ਯੋਧਿਆਂ ਦੀ ਧਰਤੀ ਮੰਨੀ ਗਈ ਹੈ, ਜਿਨ੍ਹਾਂ ਨੇ ਸਮੇਂ ਸਿਰ ਜ਼ੁਲਮ ਦੀ ਖਾਤਰ ਆਵਾਜ਼ ਉਠਾਈ, ਭਾਵੇਂ ਉਹਨਾਂ ਨੂੰ ਕੁਰਬਾਨੀਆਂ ਵੀ ਕਿਉਂ ਨਾ ਦੇਣੀਆਂ ਪਈਆਂ। ਉਹਨਾਂ ਸ਼ਹੀਦਾਂ ਦੀ ਲੜੀ ਦੇ ਪਹਿਰੇਦਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਰਕੇ ਜੋ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਬਹੁਤ ਹੀ ਜੋ ਦੁੱਖ ਦੇ ਨਾਲ ਪੰਜਾਬ ਦੀ ਉਸ ਧਰਤੀ ਦੇ ਬਾਰੇ ਕਿ ਜਿੱਥੇ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਹੋਰ ਕੁਕਰਮ ਚੱਲ ਰਹੇ ਹਨ, ਜੋ ਸਰਕਾਰ ਹਰ ਪਾਸੇ ਆਪਣਾ ਜੋ ਜ਼ੁਲਮ ਦਾ ਨਾਚ ਕਰਦੀ ਹੈ, ਭਾਵੇਂ ਯੋਧੇ ਸਮੇਂ ਸਮੇਂ ਸਿਰ ਉਸ ਜ਼ੁਲਮ ਦੀ ਖਾਤਰ ਆਪਣੀਆਂ ਕੁਰਬਾਨੀਆਂ ਵੀ ਦਿੰਦੇ ਆਏ ਹਨ ਅਤੇ ਆਪਣੇ ਹੱਕਾਂ ਦੀ ਖਾਤਰ ਲੜਦੇ ਆਏ ਹਨ, ਉਹਨਾਂ ਨੂੰ ਇਹ ਜੋ ਹਰ ਪਾਸੇ ਯਾਦ ਕੀਤਾ ਜਾਂਦਾ ਹੈ, ਉਹਨਾਂ ਨੂੰ ਹਰ ਥਾਂ 'ਤੇ ਸਨਮਾਨਿਆ ਜਾਂਦਾ ਹੈ। ਇੱਕ ਵਾਕ ਹੈ ਕਿ ਦਾਤਾ ਅਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਨੇ, ਕੋਈ ਜ਼ੁਲਮ ਕਰਨ ਵਾਲਿਆਂ ਨੂੰ ਯਾਦ ਨਹੀਂ ਕਰਦਾ ਦੁਨੀਆ 'ਤੇ ਸਾਧ ਸੰਗਤ ਜੀ, ਅਤੇ ਨਾ ਹੀ ਜ਼ਾਲਮਾਂ ਨੂੰ। ਅੱਜ ਉਹਨਾਂ ਯੋਧਿਆਂ ਦੀ ਯਾਦ ਮਨਾਈ ਜਾਂਦੀ ਹੈ, ਉਹਨਾਂ ਸ਼ਹੀਦਾਂ ਦੀ, ਉਹਨਾਂ ਭਗਤਾਂ ਦੀ, ਉਹਨਾਂ ਮਹਾਂਪੁਰਸ਼ਾਂ ਦੀ, ਜਿਨ੍ਹਾਂ ਦੀ ਅੱਜ ਆਪਾਂ ਯਾਦ ਇਸ ਗੁਰੂ ਘਰ ਵਿਖੇ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ। ਇਹ ਵਿਦੇਸ਼ੀ ਸੰਗਤ ਜੋ ਉਹਨਾਂ ਪਿੰਡਾਂ ਦੇ ਵਿੱਚੋਂ ਆ ਕੇ, ਜਿਨ੍ਹਾਂ ਨੇ ਮਿਹਨਤ ਅਤੇ ਕਿਰਤ ਕਰਕੇ ਇਹ ਮਹਾਨ ਅਸਥਾਨ ਉਸਾਰਿਆ ਹੈ, ਜੋ ਸੰਨ 1999 ਦੇ ਵਿੱਚ ਸਾਰੀਆਂ ਸੰਗਤਾਂ ਨੇ ਆਪਣੀ ਮਿਹਨਤ ਦੇ ਵਿੱਚੋਂ ਦਸਵੰਧ ਕੱਢ ਕੇ ਪਰਿਵਾਰਾਂ ਨੇ ਇਹ ਗੁਰੂ ਘਰ ਦੀ ਉਸਾਰੀ ਕੀਤੀ, ਅਤੇ ਆਪਣੀ ਮਿਹਨਤ ਦਾ ਜੋ ਅੱਜ ਤੁਸੀਂ ਇੱਕ ਇੱਕ ਪੈਸਾ ਲੱਗਾ ਹੋਇਆ ਪ੍ਰਬੰਧਕਾਂ ਵੱਲੋਂ, ਜੋ ਪ੍ਰਬੰਧਕ ਜਿਸ ਗੁਰੂ ਘਰ ਦੇ ਇਮਾਨਦਾਰ ਹੋਣ, ਉਹ ਇਹੋ ਜਿਹੀਆਂ ਬਿਲਡਿੰਗਾਂ ਉਸਾਰਦੇ ਹਨ, ਅਤੇ ਆਪ ਜੀ ਦੇ ਸਾਹਮਣੇ ਅੱਜ ਇਹ ਜੋ ਸਾਧ ਸੰਗਤ ਦਾ ਸਾਂਝਾ ਕਾਰਜ ਹੈ, ਜੋ ਸਾਡੇ ਹੋਰ ਵੀ ਦੁੱਖ ਸੁੱਖ ਇੱਥੇ ਹੁੰਦੇ ਹਨ, ਇਹ ਇਸੇ ਗੱਲ ਦਾ ਨਤੀਜਾ ਹੈ। ਸੋ ਇੱਥੋਂ ਦੀਆਂ ਸੰਗਤਾਂ, ਇੱਥੋਂ ਦੇ ਪ੍ਰਬੰਧਕਾਂ ਅਤੇ ਸਾਰਿਆਂ ਦਾ ਧੰਨਵਾਦ। ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਪਣੇ ਵੱਲੋਂ, ਅਤੇ ਆਓ ਇੱਕ ਉਹਨਾਂ ਦੀ ਯਾਦ ਵਿੱਚ ਇੱਕ ਨਾਰਾ ਬੁਲੰਦ ਕਰਦੇ ਹਾਂ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਡੈਸਟੋ ਸੀਰ ਦੀ ਸੰਗਤ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਅਤੇ ਨਿਹਾਲ ਸਿੰਘ ਅਤੇ ਬਾਬਾ ਹਰਨਾਮ ਸਿੰਘ ਤਲਵਾਲ ਦੇ ਸ਼ਹੀਦੀ ਦਿਵਸ ਅਤੇ ਛੋਟਾ ਘੱਲੂਘਾਰਾ, ਜੋ ਤੀਜਾ ਘੱਲੂਘਾਰਾ ਹੈ,
उस मना रहे हैं। गुरद्वारा साहब उन्होंने याद में एक गुरद्वारा साहब 1999 नवंबर में ऑर्गेनाइज किया गया सी। उस वेले इस मिडस्टो सिटी के सीरस के तकरीबन 35 तो 40 फैमिलियां रहिंदियां सन, पर महाराज की कृपा हुई अज आ देखो 5-6 हज़ार बंदा इस एरिए रहिंदा है, जो बड़े ही श्रद्धा पूर्ण सदका ये दिवस मनाया जा रहा है। गुरु महाराज शहीदी दिहाड़ा अते असी संगतां दे बड़े धर्मवादी हाँ, जिन्हां ने तलन दियां संगतां ने ते इलाका निवासियां ने बड़ी सेवा करके 4 दिन जो 5 दिन बुधवार तो लैके अज तक लंगरां दी सेवा अते होर कीर्तनी ढाडी जथियां द्वारा सेवा कीती है, असी इन्हां दे बहुत बहुत धन्नवादी हाँ। वाहिगुरु जी का खालसा वाहिगुरु जी की फतेह। अति धन्नवादी हाँ असी जस टीवी वालिया के जिन्हों ने बहुत बड़ा उपराला करके इस गुरु घर जो प्रोग्राम चल रहा है उसनों कवर करने का उपराला किया है। जो अज आप धन धन पंचम पातशाह श्री गुरु अर्जन देव जी का शहीदी पुरब मना रहे हाँ, तो उस दे नाल ही सन 84 दे जो अपना घल्लूघरा होया है उसनों याद कर रहे हाँ, तो इस दे नाल दी तलन दियां संगतां हरेक साल की तरह बहुत बड़ा योगदान पा रही हैं। भाई बाबा हरनाम सिंह जी, बाबा निहाल सिंह जी, उन्हां दी मिठी याद भी ताज़ा कर रहे हाँ। जिस तरह के दस्या है कि ये गुरु घर अपना 1999 के नवंबर के होंद के आया, इस तो पहला सन 84 के जदों हरिमंदर साहब ते अकाल तख्त जो घल्लूघरा होया उसों तो लैके इत्थे दियां संगतां बहुत बड़ा उपराला करके इस चीज़ को मना रही हाँ। दुख बहुत लगा सारियां नूं उस चीज़ तो यह गुरु घर इत्थों शुरू होया सी, उस तो लैके अज तक गुरु साहब उन्हां दी याद दे विच सारे इत्थे प्रोग्राम चलते हैं। इत्थों दियां संगतां जिस तरह दस्सिया कि 35-40 ही इत्थे परिवार सन, बड़ा उपराला करके 12 एकड़ जमीन इत्थे लई। अज तुसीं देख सकते हो लंगर हाल, लाइब्रेरी, होर ग्राउंडा, मेन हाल सब कुछ बनया है, संगतां दे सहयोग दे नाल बनया है। तो इस दे नाल असीं परमजीत सिंह जी उत्तराखंड वाले जो सुनेहा अज दे के गए हैं कि किस तरह साडे असीं मन मतीए बन रहे हाँ, तो आपां गुरु दे बहुत परे हो रहे हैं, आपां बड़े बड़े जो डेरे हैं, जो मन मतियां है साडे, जो सानू गुरु नानक देव जी ने जिन्हां तों वरजिया सी आपां उन्हां बहणां दे विच पै रहे हाँ। तो इस करके गुरु महाराज मेहर करन आपां मुड़ श्री गुरु ग्रंथ साहिब जी दे चरणां दे नाल जुड़ीए, तो वध तों वध अपना सिख कौम दा वड्डा नाम उच्चा करिए। इन्नी बेनती खोए असीं सारिआं दा, फिर जस टीवी दा बहुत बहुत धन्नवाद करदे हाँ। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। ਤਲਣ ਨਿਵਾਸੀਆਂ ਵੱਲੋਂ ਅਤੇ ਗੁਰਘਰ ਸੀਰੀਜ਼ ਮੋਡੈਸਟੋ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੀਆਂ ਵੱਧ ਚੜ੍ਹ ਕੇ ਹਿੱਸਾ ਪਾ ਕੇ ਇਹਨਾਂ ਦੀ ਸੇਵਾ 'ਤੇ ਪਹੁੰਚੇ, ਤਲਣ ਜੋੜ ਮੇਲੇ 'ਤੇ ਪਹੁੰਚੇ। ਉਮੀਦ ਕਰਦੇ ਹਾਂ ਵੀ ਅਗਲੇ ਸਾਲ ਆਉਂਦੇ ਨੂੰ ਹੋਰ ਅਸੀਂ ਵੱਧ ਚੜ੍ਹ ਕੇ ਇਸ ਜੋੜ ਮੇਲੇ 'ਤੇ ਇਕੱਠ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜੈਲਦਾਰ ਹਰਪਾਲ ਸਿੰਘ ਬਾਈਆ, ਅੱਜ ਇੱਥੇ ਗੁਰੂ ਘਰ ਸੀਰੀਜ਼ ਵਿਖੇ ਤਲਣ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਸੰਤ ਬਾਬਾ ਨਿਹਾਲ ਸਿੰਘ ਜੀ ਦੇ ਸ਼ਹੀਦੀ ਸਮਾਗਮ ਵਿੱਚ ਪਹੁੰਚਿਆ, ਦੇਖ ਕੇ ਮਨ ਬਹੁਤ ਖੁਸ਼ ਹੈ। ਸੰਗਤਾਂ 'ਚ ਬੜਾ ਉਤਸ਼ਾਹ ਆ, ਸਿੱਖੀ ਨਾਲ ਜੁੜ ਰਹੀਆਂ ਸੰਗਤਾਂ। ਦਾਸ ਵੱਲੋਂ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ। ਇੱਕ ਬੇਨਤੀ ਹੋ ਰਿਹਾ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗ ਸੰਸਾਰ ਦਿੱਤਿਆਂ ਮੁਕਤ ਨਾ ਹੋਵੇ, ਜੇਤਰ ਸ਼ਬਦ ਨਾ ਕਰੇ ਵਿਚਾਰ। ਸਾਨੂੰ ਸ਼ਬਦ ਨਾਲ ਜੋੜਨਾ ਚਾਹੀਦਾ, ਗੁਰੂ ਸ਼ਬਦ ਨਾਲ ਜੋੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ। ਸਭ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੀ ਦੁਨੀਆ ਵਿੱਚ ਘਰਾਂ ਵਿੱਚ ਬੈਠੇ ਦਰਸ਼ਕ ਇਸ ਅੱਜ ਦੇਖ ਰਹੇ ਸੀਗੇ ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼ ਕੈਲੀਫੋਰਨੀਆ ਦੇ ਵਿੱਚੋਂ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਤਲਣ ਵਾਲਿਆਂ ਦੀ ਸ਼ਹੀਦੀ ਨੂੰ ਸਮਰਪਿਤ 26ਵਾਂ ਜੋੜ ਮੇਲਾ, ਜੋ ਕਿ ਪਿੰਡ ਤਲਣ ਅਤੇ ਇੱਥੋਂ ਦੀ ਲੋਕਲ ਮੋਡੈਸਟੋ ਸੀਰੀਜ਼ ਟਰਲਕ ਦੀ ਸੰਗਤ ਨੇ ਰਲ ਕੇ ਇਹ ਜੋੜ ਮੇਲਾ ਮਨਾਇਆ। ਸੋ ਉਮੀਦ ਕਰਦਾ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਅੱਜ ਦਾ ਇਹ ਜੋੜ ਮੇਲਾ ਜਸ ਪੰਜਾਬੀ ਦਾ ਇਹ ਉਪਰਾਲਾ ਵਧੀਆ ਲੱਗਿਆ ਹੋਏਗਾ। ਤੁਸੀਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਈਵੈਂਟ, ਕੋਈ ਧਾਰਮਿਕ ਸਮਾਗਮ, ਕੋਈ ਸੱਭਿਆਚਾਰਕ ਮੇਲਾ ਜਾਂ ਫਿਰ ਟੂਰਨਾਮੈਂਟ ਦੀ ਕਵਰੇਜ ਕਰਵਾਉਣੀ ਚਾਹੁੰਦੇ ਹੋ ਜਾਂ ਲਾਈਵ ਪੂਰੀ ਦੁਨੀਆ ਵਿੱਚ ਦਿਖਾਉਣੇ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਆਈਡੀ ਹੈ info@jasbroadcasting.com ਜਾਂ ਫਿਰ jaggi@jasbroadcasting.com 'ਤੇ ਈਮੇਲ ਕਰਕੇ ਤੁਸੀਂ ਆਪਣਾ ਸੰਪਰਕ ਨੰਬਰ ਛੱਡ ਸਕਦੇ ਹੋ। ਅਖੀਰ ਦੇ ਵਿੱਚ ਪੂਰੀ ਦੁਨੀਆ 'ਚ ਪੰਜਾਬੀਆਂ ਦੀਆਂ ਖੈਰਾਂ ਮੰਗਦਾ ਹਾਂ, ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।